ਦੋ ਸਕੂਲੀ ਵੈਨਾਂ ਟਕਰਾਈਆਂ ਆਪਸ 'ਚ, ਬੱਚਿਆਂ ਨੂੰ ਲੱਗੀਆਂ ਗੰਭੀਰ ਸੱਟਾਂ, ਜਾਨੀ ਨੁਕਸਾਨ ਤੋਂ ਰਿਹਾ ਬੱਚਾ, ਬੱਚਿਆਂ ਦੇ ਪਰਿਵਾਰ ਵਾਲਿਆਂ ਦੇ ਉੱਡੇ ਹੋਸ਼। ਪਿੰਡ ਜਿੰਦਵੜੀ ਦੇ ਨੇੜੇ ਵੱਡਾ ਹਾਦਸਾ ਵਾਪਰਿਆ। ਨਿੱਜੀ ਸਕੂਲ ਵੈਨਾਂ ਦੀ ਆਪਸ ਦੇ ਵਿੱਚ ਟੱਕਰ ਹੋਈ ਹੈ ਅਤੇ ਇਸ ਟੱਕਰ ਦੇ ਦੌਰਾਨ ਕਈ ਬੱਚੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ, ਕਿਉਂਕਿ ਇਹ ਸਕੂਲ ਵੈਨਾਂ ਦੱਸੀਆਂ ਜਾ ਰਹੀਆਂ ਨੇ। ਸਕੂਲੀ ਵੈਨ ਦੇ ਵਿੱਚ ਕਾਫੀ ਸਾਰੇ ਬੱਚੇ ਵੀ ਸਵਾਰ ਸੀ ਜੋ ਕਿ ਘਰ ਨੂੰ ਜਾ ਰਹੇ ਸੀ। ਵੈਨ ਵਾਲੇ ਲੈ ਕੇ ਤਾਂ ਇਹ ਨਿੱਜੀ ਸਕੂਲ ਵੈਨਾਂ ਆਪਸ ਦੇ ਵਿੱਚ ਟਕਰਾ ਜਾਂਦੀਆਂ ਨੇ, ਜਿਸ ਤੋਂ ਬਾਅਦ ਕਾਫੀ ਬੱਚੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ ਅਤੇ ਟੱਕਰ ਜਿਵੇਂ ਹੀ ਹੁੰਦੀ ਹੈ ਤਾਂ ਆਸੇ ਪਾਸੇ ਦੇ ਇਲਾਕੇ ਦੇ ਵਿੱਚ ਚੀਕ ਚਿਹਾੜਾ ਮੱਚ ਜਾਂਦਾ, ਕਿਉਂਕਿ ਇਹ ਬੱਚਿਆਂ ਦੀ ਵੈਨ ਸੀ। ਇਸ ਕਰਕੇ ਜਾਨੀ ਨੁਕਸਾਨ ਤੋਂ ਫਿਲਹਾਲ ਬਚਾਅ ਹੋਇਆ। ਇਹ ਗਨੀਮਤ ਰਹੀ ਹੈ ਕਿ ਕਿਸੇ ਵੀ ਬੱਚੇ ਦੀ ਜਾਨ ਨਹੀਂ ਗਈ ਘਟਨਾ ਦੇ ਦੌਰਾਨ, ਪਰ ਉਹ ਜ਼ਖਮੀ ਜ਼ਰੂਰ ਹੋਏ ਨੇ, ਜਿਨ੍ਹਾਂ ਨੂੰ ਨਿੱਜੀ ਹਸਪਤਾਲ ਵਿਖੇ ਜਲਦ ਤੋਂ ਜਲਦ ਲਿਜਾਇਆ ਜਾ ਰਿਹਾ। ਜਦੋਂ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਪਤਾ ਲੱਗਦਾ ਤਾਂ ਤੁਸੀਂ ਤਸਵੀਰਾਂ 'ਚ ਵੇਖ ਸਕਦੇ ਹੋ ਕਿ ਪਰਿਵਾਰ ਵਾਲੇ ਵੀ ਇੱਕ ਪਲ ਦੀ ਦੇਰੀ ਨਾ ਕਰਦੇ ਹੋਏ ਘਟਨਾ ਵਾਲੀ ਜਗ੍ਹਾ 'ਤੇ ਪਹੁੰਚ ਜਾਂਦੇ ਨੇ ਅਤੇ ਆਪਣੇ ਬੱਚਿਆਂ ਦੀ ਸਾਰ ਲੈਂਦੇ ਹੋਏ ਵੀ ਵੇਖੇ ਜਾ ਸਕਦੇ ਨੇ। ਸੋ ਇਹ ਜਿਹੜੀ ਟੱਕਰ ਹੋਈ ਹੈ, ਇਸ ਟੱਕਰ ਤੋਂ ਬਾਅਦ ਕਾਫੀ ਜ਼ਿਆਦਾ ਦਿਲ ਦੀਆਂ ਜਿਹੜੀ ਧੜਕਣਾਂ ਨੇ ਉਹ ਪਰਿਵਾਰ ਵਾਲਿਆਂ ਦੀਆਂ ਤੇਜ਼ ਹੋ ਜਾਂਦੀਆਂ ਨੇ, ਕਿਉਂਕਿ ਉਹਨਾਂ ਦੀ ਬੱਚਿਆਂ ਦੀ ਜਾਨ ਦਾ ਇੱਥੇ ਸਵਾਲ ਬਣਿਆ ਹੋਇਆ। ਸੋ ਲਗਾਤਾਰ ਜਿਹੜਾ ਮੌਸਮ ਹੈ ਉਹ ਕਰਵਟ ਲੈ ਰਿਹਾ, ਬਦਲ ਰਿਹਾ, ਜਿਸ ਨੂੰ ਲੈ ਕੇ ਕਈ ਵਾਰੀ ਸੜਕੀ ਹਾਦਸਿਆਂ ਦਾ ਸ਼ਿਕਾਰ ਹੈ ਜਿਹੜਾ ਉਹ ਵਾਹਨ ਵੀ ਹੋ ਰਹੇ ਨੇ, ਪਬਲਿਕ ਵੀ ਹੋ ਰਹੀ ਹੈ। ਸੋ ਲਗਾਤਾਰ ਜੋ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਉਸ ਨੂੰ ਲਾਗੂ ਕਰਨਾ ਚਾਹੀਦਾ, ਇੰਪਲੀਮੈਂਟ ਕਰਨਾ ਚਾਹੀਦਾ, ਉਸ 'ਤੇ ਚੱਲਣਾ ਚਾਹੀਦਾ, ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਅਜਿਹੇ ਡਰਾਉਣੇ ਹਾਦਸੇ ਤੋਂ ਸਭ ਦਾ ਬਚਾਅ ਹੋ ਸਕੇ। ਅਨੰਦਪੁਰ ਸਾਹਿਬ ਤੋਂ ਬੁੱਧ ਸਿੰਘ ਰਾਣਾ ਦੇ ਨਾਲ ਚੜ੍ਹਦੀ ਕਲਾ ਟਾਈਮ ਟੀਵੀ ਬਿਊਰੋ ਰਿਪੋਰਟ।